ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਠੋਕਾ ਬਣ ਗਈ। ਉਹ ਤਾਂ ਇੱਕ ਸੋਨੇ ਦਾ ਅੰਡਾ ਦੇਣ ਵਾਲੀ ਬਾਦਲਾਂ ਦੀ ਮੁਰਗੀ ਬਣ ਗਈ। ਤੇ ਜਿਹੜੇ ਸੰਗਤ ਦਾ ਚੜਾਇਆ ਧਨ ਹੈ ਤੇ ਉਹ ਕੁੱਤੇ ਰਾਜਨੀਤਿਕ ਕੰਮਾਂ ਵਾਸਤੇ ਯੂਜ਼ ਕਰ। ਰੰਗੀਨ ਮਿਜਾਜ ਵਿਅਕਤੀ ਹੈਗਾ, ਨਿਆਣੇ ਦਾ ਪੱਜ ਤੇ ਆਪਣਾ ਚੱਜ ਗਿਆ ਉਹ ਰੂਸਾਂ ਨੂੰ ਮਿਲਣ ਵਾਸਤੇ ਆ ਤੇ ਕਹਿੰਦਾ ਇਜ਼ਰਾਈਲ ਚੱਲਿਆ ਮੈਂ। ਅਮਰੀਕਨ ਅੰਬੈਸੀ ਦੇ ਵਿੱਚ ਨਸਲੀ ਭੇਦਭਾਵ ਤੇ ਵਿਤਕਰਾ ਕਿਉਂ? ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਵਾਲ ਚੁੱਕਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਬਾਦਲਾਂ ਦੇ ਲਈ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਗਈ ਹੈ। ਹੱਥ ਨਾਲ ਦੱਬ ਕੇ ਸੋਨੇ ਦਾ ਅੰਡਾ ਕੱਢ ਕੇ ਰਾਜਨੀਤਿਕ ਦੇ ਕੁੱਤੇ ਕੰਮਾਂ ਵਾਸਤੇ ਵਰਤਦੀ ਹੈ। ਅਫਸੋਸ ਦੋਸਤੋ ਇਸ ਗੱਲ ਦਾ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਕੰਮ ਕਰਦੀ ਨਾ, ਆਪਣੀ ਡਿਊਟੀ ਕਰਦੀ ਤੇ ਅੱਜ ਇਹ ਦੁਖਾਂਤ ਵਾਪਰਦੀ ਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਰਲਲ ਟੂ ਗਵਰਨਮੈਂਟ ਕਹਾਂਗਾ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਨਹੀਂ, ਸਿੱਖਾਂ ਦੀ ਪਾਰਲੀਮੈਂਟ ਆ ਅਸਲ ਦੇ ਵਿੱਚ। ਜੇ ਸ਼੍ਰੋਮਣੀ ਕਮੇਟੀ ਨੇ ਆਪਣਾ ਰੋਲ ਅਦਾ ਕੀਤਾ ਹੁੰਦਾ ਤੇ ਅੱਜ ਇਹ ਮੌਕਾ ਆਉਂਦਾ ਹੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਠੋਕਾ ਬਣ ਗਈ। ਉਹ ਤਾਂ ਇੱਕ ਸੋਨੇ ਦਾ ਅੰਡਾ ਦੇਣ ਵਾਲੀ ਬਾਦਲਾਂ ਦੀ ਮੁਰਗੀ ਬਣ ਗਈ। ਉਹ ਜਦੋਂ ਜੀ ਕਰਦਾ ਢਿੱਡ ਦੇ ਹੱਥ ਮਾਰ ਕੇ ਸੋਨੇ ਦਾ ਅੰਡਾ ਕੱਢ ਕੇ ਕੁੱਤੇ ਕੰਮਾਂ ਵਾਸਤੇ ਯੂਜ਼ ਕਰਦੇ ਆ ਪੈਸੇ, ਜਿਹੜੇ ਸੰਗਤ ਦਾ ਚੜਾਇਆ ਧਨ ਹੈ ਤੇ ਉਹ ਕੁੱਤੇ ਰਾਜਨੀਤਿਕ ਕੰਮਾਂ ਵਾਸਤੇ ਯੂਜ਼ ਕਰਦੇ ਆ। ਸੋ ਮੈਂ ਕਹੂੰਗਾ ਇਹ ਪਵਿੱਤਰ ਮਹਾਨ ਸੰਸਥਾ ਤੇ ਜਹਿਦਾਰ ਸਾਹਿਬ ਨਵੇਂ ਲਾਏ, ਆਸ ਕਰਦਾ ਵੀ ਇਹ ਇਸ ਕੰਮ ਦੇ ਉੱਤੇ ਗੌਰ ਕਰਕੇ ਤੇ ਜ਼ਰੂਰ ਕੋਈ ਨਾ ਕੋਈ ਸਖ਼ਤ ਹੁਕਮ ਸਖ਼ਤ ਐਕਸ਼ਨ ਲੈ। ਇਸ ਦੇ ਨਾਲ ਹੀ ਉਹਨਾਂ ਨੇ ਬਾਦਲਾਂ ਤੇ ਜੰਮ ਕੇ ਨਿਸ਼ਾਨੇ ਸਾਧੇ। ਬਾਦਲਾਂ ਵੱਲੋਂ ਕੀਤੇ ਪ੍ਰਦਰਸ਼ਨ ਤੇ ਬੋਲਦਿਆਂ ਕਿਹਾ ਕਿ ਉਦੋਂ ਤਾਂ ਇਹਨਾਂ ਨੂੰ ਇਤਿਹਾਸ ਵਿਗੜਦਾ ਨਜ਼ਰ ਨਹੀਂ ਆਇਆ ਜਦੋਂ ਬਰਗਾੜੀ 'ਚ ਬੈਠੀਆਂ ਸੰਗਤਾਂ ਤੇ ਜਲ੍ਹਿਆਂਵਾਲੇ ਬਾਗ ਵਾਲਾ ਕਾਂਡ ਦੁਹਰਾਇਆ ਗਿਆ ਸੀ। ਖਿਲਵਾੜ ਨੂੰ ਲੈ ਕੇ ਰੋਸ ਧਰਨੇ ਦੇ ਕਿਹੜੇ ਲੋਕ ਬੈਠੇ ਜਿਨ੍ਹਾਂ ਨੇ ਇਤਿਹਾਸ ਦਾ ਸਹੀ ਮਾਨਿਆਂ ਦੇ ਵਿੱਚ, ਉਹਨਾਂ ਨੇ ਤਾਂ ਲਿਖ ਕੇ ਕਾਂਡ ਕੀਤਾ ਨਾ, ਇਹਨਾਂ ਨੇ ਸਹੀ ਮਾਨਿਆਂ ਦੇ ਵਿੱਚ ਕਾਂਡ ਕੀਤਾ। ਜੇ ਅਡੰਬਰੀ ਲੋਕ ਉੱਥੇ ਡਰਾਮਾ ਰੱਖਦੇ, ਅੱਜ ਉਹੀ ਲੋਕ ਜਿਹੜੇ 60 MLA ਲੈ ਕੇ 10 ਸਾਲ ਬਾਛਾਂ ਖੇਡਦੇ, ਪੱਟਾਂ ਦੇ ਥਾਪੀਆਂ ਮਾਰ ਕੇ ਜ਼ਕਰੀਆ ਖਾਨ ਬਣੇ ਫਿਰਦੇ ਸੀ ਤੇ ਅੱਜ ਉਹਨਾਂ ਲੋਕਾਂ ਨੂੰ ਇਤਿਹਾਸ ਦੀ ਯਾਦ ਆ ਕੇ ਇੱਥੇ ਬੈਠੇ ਆ ਡੰਬਰ ਕਰਨ ਵਾਸਤੇ ਆ। ਨਾਲ ਹੀ ਮੈਨੂੰ ਦੱਸਿਆ ਕਿਹੜਾ ਢਾਬਾ ਹੈਗਾ, ਕਹਿੰਦੇ ਉਹ ਢਾਬੇ ਦੇ ਪਾਰਕ ਦੇ ਵਿੱਚ ਬੈਠੇ ਆ। ਇਹ ਕਰਦੇ ਕੀ ਆ? ਇਹ ਕਰਦੇ ਇਹਨਾਂ ਨੂੰ ਉਦੋਂ ਇਤਿਹਾਸ ਵਿਗੜਦਾ ਨਜ਼ਰ ਨਹੀਂ ਆ ਜਦੋਂ ਬਰਗਾੜੀ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਦੇ ਉੱਤੇ ਜਲ੍ਹਿਆਂਵਾਲਾ ਬਾਗ ਕਾਂਡ ਦਾ ਸੀਨ ਦੁਹਰਾਇਆ ਗਿਆ, ਉਦੋਂ ਇਤਿਹਾਸ ਨਹੀਂ ਵਿਗੜਿਆ। ਇਸ ਤੋਂ ਇਲਾਵਾ ਉਹਨਾਂ ਨੇ ਕੈਪਟਨ ਤੇ ਤੰਜ ਕਰਦਿਆਂ ਕਿਹਾ ਕਿ ਉਹ ਇਜ਼ਰਾਈਲ ਦੌਰੇ ਤੇ ਨਹੀਂ ਗਿਆ, ਉਹ ਤਾਂ ਅਰੂਸ਼ਾ ਨੂੰ ਮਿਲਣ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਤੇ ਅੱਜ ਮੈਂ ਇਹ ਵੀ ਕਹੂੰਗਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲੇ ਟਾਈਮ ਨਹੀਂ ਹੈਗਾ, ਟਾਈਮ ਨਹੀਂ ਹੈਗਾ ਉਹਨਾਂ ਦੇ ਕੋਲੇ, ਉਹ ਰੰਗੀਨ ਮਿਜਾਜ ਵਿਅਕਤੀ ਹੈਗਾ, ਨਿਆਣੇ ਦਾ ਪੱਜ ਤੇ ਆਪਣਾ ਚੱਜ ਗਿਆ ਉਹ ਰੂਸਾਂ ਨੂੰ ਮਿਲਣ ਵਾਸਤੇ ਆ ਤੇ ਕਹਿੰਦਾ ਇਜ਼ਰਾਈਲ ਚੱਲਿਆ ਮੈਂ, ਉਹਦੇ ਕੋਲੇ ਟਾਈਮ ਹੀ ਹੈ ਨਹੀਂਗਾ। ਨੋ ਟਾਈਮ ਪੰਜਾਬ ਵਾਸਤੇ ਕਿ ਕਿਹੜਾ ਬੰਦਾ ਕੀ ਕਰ ਰਿਹਾ, ਕਿਹਨੇ ਸਿੱਖ ਇਤਿਹਾਸ ਦੇ ਨਾਲ ਖਿਲਵਾੜ ਕੀਤਾ ਤੇ ਅੱਜ ਉਸ। ਸਿਮਰਜੀਤ ਸਿੰਘ ਬੈਂਸ ਨੇ ਅਮਰੀਕਾ ਅੰਬੈਸੀ ਖਿਲਾਫ ਮੁੱਦਾ ਚੁੱਕਿਆ ਹੈ ਤਾਂ ਜੋ ਵਿਦੇਸ਼ਾਂ ਵਿੱਚ ਜਾਣ ਵਾਲੇ ਸਿੱਖਾਂ ਨੂੰ ਆਪਣੇ ਕਕਾਰ ਸਾਹਿਬ ਨਾ ਉਤਾਰਨੇ ਪੈਣ। ਵੀ ਅਮਰੀਕਨ ਅੰਬੈਸੀ ਦੇ ਵਿੱਚ ਨਸਲੀ ਭੇਦਭਾਵ ਤੇ ਵਿਤਕਰਾ ਕਿਉਂ? ਦਿੱਲੀ ਦੇ ਵਿੱਚ ਪੂਰੇ ਸੰਸਾਰ 'ਚ ਵਸਦੇ ਦੇਸ਼ਾਂ ਦੀਆਂ ਅੰਬੈਸੀਆਂ ਦੇ ਅੰਦਰ ਕਿਸੇ ਦੇ ਵਿੱਚ ਵੀ ਐਸੀ ਪ੍ਰਥਾ ਹੈ ਨਹੀਂ ਗੀ, ਤੇ ਤੁਹਾਡੀ ਇਸ ਅੰਬੈਸੀ ਦੇ ਵਿੱਚ ਕਿਉਂ? ਤੇ ਉਹਨੇ ਮੂਹਰੇ ਕਿਹਾ ਕਿ ਉਹ ਨਾਈਫ ਚਾਕੂ। ਮੈਂ ਉਹਨੂੰ ਸਮਝਾਉਣ ਦਾ ਯਤਨ ਕੀਤਾ, ਟਰਾਂਸਲੇਟਰ ਜਿਹੜਾ ਇੱਕ ਇੰਡੀਅਨ ਸੀ, ਦੇਸੀ ਬੰਦਾ ਸੀ, ਉਹਨੂੰ ਕਿਹਾ ਵੀ ਤੈਨੂੰ ਤਾਂ ਪਤਾ ਸਾਰੀ ਗੱਲ ਦਾ। ਔਰ ਜਿੰਨੇ ਸਾਡੇ ਲੋਕ ਇਨਸਾਫ਼ ਪਾਰਟੀ ਦੇ ਵਿਦੇਸ਼ਾਂ ਦੇ ਵਿੱਚ ਯੂਨਿਟ ਹੈਗੇ ਆ, ਅਸੀਂ ਉਹਨਾਂ ਸਾਰੇ ਯੂਨਿਟ ਅਤੇ ਸਾਰੇ ਸਿੱਖ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਆ ਵੀ ਤੁਸੀਂ ਜਿੰਨੇ ਅਮੈਰੀਕਨ ਪੰਜਾਬੀ ਉਹਨਾਂ ਸਾਰੇ ਆਪੋ ਆਪਣੇ ਚੁਣੇ ਸੈਨੇਟਰ ਦੇ ਕੋਲ ਰੋਸ ਪੱਤਰ ਲੈ ਕੇ ਜਾਓ ਕਿ ਅਮਰੀਕਾ ਦੀ ਸਰਕਾਰ ਨਸਲੀ ਵਿਤਕਰਾ ਕਿਉਂ ਕਰ ਰਹੀ ਆ। ਸਿੱਖ ਤਾਂ ਉਹ ਹੈਗੇ ਜਿਹੜੇ ਦੇਸ਼ ਯਾਦ ਕਰਵਾਉਣ ਵਾਲੀ ਮਾਰਸ਼ਲ ਕੌਮ ਆ, ਸਿੱਖ ਤਾਂ ਉਹ ਜਿਹੜੇ ਸਰਹੱਦਾਂ ਦੀ ਰਾਖੀ ਕਰਨਾ ਜਾਣਦੇ ਆ, ਅਤੇ ਤੁਸੀਂ ਸਾਡੇ ਦੇਸ਼ ਦੇ ਅੰਦਰ ਸਾਨੂੰ ਕਹੋ ਵੀ ਸ੍ਰੀ ਸਾਹਿਬ ਉਤਾਰ ਕੇ ਬਾਹਰ ਟੋਕਰੀ 'ਚ ਰੱਖੇ ਹੋ। ਅੱਜ ਅਫਸੋਸ ਮੈਨੂੰ ਇਸ ਗੱਲ ਕਿ ਇਸ 30 ਤਰੀਕ ਦੇ ਵਾਕੇ ਤੋਂ ਪਹਿਲਾਂ ਕਿੰਨੇ ਬੁੱਧੀਜੀਵੀ, ਕਿੰਨੇ ਪ੍ਰਚਾਰਕ, ਕਿੰਨੇ ਅੰਮ੍ਰਿਤਧਾਰੀ ਸਿੰਘ ਅਮਰੀਕਾ ਦਾ ਵੀਜ਼ਾ ਲੈਣ ਦੀ ਲਲਕ ਦੇ ਵਿੱਚ ਆਪਣੀ ਸ੍ਰੀ ਸਾਹਿਬ ਉਤਾਰ ਕੇ ਬਾਹਰ ਟੋਕਰੀ 'ਚ ਰੱਖ ਕੇ ਗਏ। ਸੋ ਇਹ ਮਨਜ਼ੂਰ ਨਹੀਂ ਹੈ। ਪੂਰੇ ਵਿਸ਼ਵ ਪੱਧਰ ਦੇ ਉੱਤੇ ਅਸੀਂ ਇੱਕ ਆਵਾਜ਼ ਬੁਲੰਦ ਕਰਾਂਗੇ, ਕਾਨੂੰਨ ਦਾਇਰੇ ਵਿੱਚ ਰਹਿ ਕੇ ਕਾਨੂੰਨ ਅਨੁਸਾਰ ਚੱਲਦੇ ਹੋਏ ਜਿਹੜਾ ਅਮਰੀਕਾ ਦੀ ਅੰਬੈਸੀ ਦੇ ਅੰਦਰ ਸਾਡੇ ਨਾਲ ਨਸਲੀ ਵਿਤਕਰਾ ਹੋ ਰਿਹਾ ਉਹਨੂੰ ਅਸੀਂ ਠੱਲ ਪਾਵਾਂਗੇ, ਬੰਦ ਕਰਾਵਾਂਗੇ। ਇਸੇ ਵਾਸਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ
ਨਾਮ ਦੇ ਉੱਤੇ ਇੱਕ ਬੇਨਤੀ ਪੱਤਰ ਕੰਪਲੇਂਟ ਦੇ ਰੂਪ ਦੇ ਵਿੱਚ ਉਹਨਾਂ ਦੇ ਸਕੱਤਰੇ ਦੇ ਕੇ ਆਸ ਕਰੂੰਗਾ ਵੀ ਇਹ ਸ਼੍ਰੋਮਣੀ ਕਮੇਟੀ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਰਾਬਤਾ ਕਰਕੇ ਹੁਕਮ ਜਾਰੀ ਕਰਕੇ ਇਹ ਜਿਹੜੀ ਘਿਨੌਣੀ ਕਾਰਵਾਈ ਅਮਰੀਕਨ ਅੰਬੈਸੀ ਦੇ ਵਿੱਚ ਹੁੰਦੀ ਹੈ ਇਹਨੂੰ ਬੰਦ ਕਰਾਉਣ ਲਈ ਆਪਣਾ ਹੁਕਮ ਜਾਰੀ ਕਰ। ਬੈਂਸ ਵੱਲੋਂ ਚੁੱਕਿਆ ਹੋਇਆ ਮੁੱਦਾ ਕੀ ਰੰਗ ਲੈ ਕੇ ਆਵੇਗਾ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।